ਪਿਛਲੇ ਦਿਨੀ ਜੋ ਸੰਗਰੂਰ ਵਿਖੇ ਬਹੁਤ ਹੀ ਦਰਦਨਾਕ ਹਾਦਸਾ ਹੋਇਆ, ਸਕੂਲੀ ਬੱਚਿਆਂ ਦੇ ਜਿਹੜੇ ਵੈਨ ਨੂੰ ਅੱਗ ਲੱਗ ਕੇ ਅਤੇ 4 ਮਾਸੂਮ ਜਾਨਾਂ ਜਿਹੜੀਆਂ ਚਲੀਆਂ ਗਈਆਂ, ਅਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਬਹੁਤ ਸਖਤੀ ਕੀਤੀ ਗਈ ਹੈ ਸਕੂਲੀ ਜਿਹੜੇ ਵਹੀਕਲ ਨੇ, ਜਿਹੜੇ ਵਾਹਨ ਨੇ, ਅਤੇ ਉਸਦੇ ਲਈ ਕਾਨੂੰਨ ਤਾਂ ਪਹਿਲਾਂ ਹੀ ਮੌਜੂਦ ਹੈ, ਪਰ ਉਹੀ ਜਿਹੜਾ ਕਾਨੂੰਨ ਬਣੇ ਹੋਏ ਨੇ, ਜਿਹੜੇ ਰੂਲ ਬਣੇ ਹੋਏ ਨੇ, ਰੈਗੂਲੇਸ਼ਨ ਹੈਗੀ ਆ, ਉਸਦਾ ਇੱਕ ਸਰਕੂਲਰ ਜੋ ਇੱਥੇ ਮੇਰੇ ਹੱਥ ਦੇ ਵਿੱਚ ਮੌਜੂਦ ਹੈ, ਉਹ ਸਾਰੇ ਡਿਪਟੀ ਕਮਿਸ਼ਨ ਨੂੰ, ਸਾਰੇ ਜ਼ਿਲ੍ਹਿਆਂ ਦੇ ਜਿਹੜੇ ਡੀਸੀ ਨੇ ਉਹਨਾਂ ਨੂੰ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ, ਅਤੇ ਉਸਦੇ ਵਿੱਚ ਪੂਰੀ ਗਾਈਡਲਾਈਨਸ ਨੇ, ਪੂਰੇ ਜਿਹੜੇ ਰੂਲ ਨੇ, ਉਹਦੀ ਤਰਤੀਬ ਹੈ ਕਿ ਕੀ ਜਿਹੜੇ ਉਹਨਾਂ ਦੇ ਵਹੀਕਲ ਦੇ ਵਿੱਚ ਜਿਹੜੀਆਂ ਚੀਜ਼ਾਂ ਜ਼ਰੂਰੀ ਹੈ, ਉਹਨਾਂ ਨੂੰ ਕਿਸ ਤਰ੍ਹਾਂ ਦੇ ਉਹਨਾਂ ਦੇ ਨਿਯਮ ਹੈ, ਕਿਸ ਤਰ੍ਹਾਂ ਉਹਨਾਂ ਨੂੰ ਆਪਾਂ ਬੱਚਿਆਂ ਨੂੰ ਉਹਨਾਂ ਨਾਲ ਆਪਾਂ ਸਕੂਲ ਦੇ ਵਿੱਚ ਲਿਜਾਣਾ ਹੈ। ਸੋ ਬਹੁਤ ਹੀ ਜ਼ਰੂਰੀ ਨੇ ਹਰ ਇੱਕ ਦੇ ਲਈ, ਇਹ ਪ੍ਰਸ਼ਾਸਨ ਦੇ ਲਈ ਤਾਂ ਜ਼ਰੂਰੀ ਹੈਗੇ ਨੇ, ਨਾਲ ਨਾਲ ਜਿਹੜੇ ਪੇਰੈਂਟਸ ਨੇ, ਜਿਹੜੇ ਮਾਪੇ ਨੇ, ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਉਹਨਾਂ ਦੇ ਲਈ ਵੀ ਬਹੁਤ ਜ਼ਰੂਰੀ ਹੈ। ਇਸ ਕਰਕੇ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖੋ, ਅਤੇ ਇਕੱਲੇ ਇਕੱਲੇ ਰੂਲ ਜੋ ਮੈਂ ਇੱਥੇ ਤੁਹਾਨੂੰ ਦੱਸਾਂਗਾ ਉਹਨਾਂ ਨੂੰ ਬਹੁਤ ਧਿਆਨ ਨਾਲ ਸੁਣੋ, ਤਾਂ ਕਿ ਆਪਣੇ ਬੱਚਿਆਂ ਦੀ ਜਿਹੜੀ ਸੇਫਟੀ ਹੈ ਉਹ ਆਪਾਂ ਬਰਕਰਾਰ ਰੱਖੀਏ। ਸੋ ਇਹ ਪ੍ਰਸ਼ਾਸਨ ਨੇ ਤਾਂ ਇਹ ਦੇਖਣੇ ਨਾਲ ਨਾਲ ਤੁਸੀਂ ਖੁਦ ਵੀ ਚੈੱਕ ਕਰਨਾ ਹੈ, ਅਤੇ ਇਹਨਾਂ ਜਿਹੜੇ ਰੂਲ ਨੇ ਉਸਦੇ ਵਿੱਚ ਪਹਿਲਾ ਹੈਗਾ ਕਿ ਜਿਹੜੀ ਹਰੇਕ ਸਕੂਲ ਵੈਨ ਹੈ ਜਾਂ ਬੱਸ ਹੈ ਜਾਂ ਕੋਈ ਵੀ ਵਹੀਕਲ ਹੈ ਉਹ ਪੀਲੇ ਰੰਗ ਦਾ ਹੋਣਾ ਚਾਹੀਦਾ ਹੈ। ਇਹ ਜ਼ਰੂਰੀ ਗਾਈਡਲਾਈਨਸ ਨੇ, ਸੁਪਰੀਮ ਕੋਰਟ ਦੀਆਂ ਗਾਈਡਲਾਈਨ ਨੇ ਕਿ ਜਿਹੜਾ ਵੀ ਕੋਈ ਵਹੀਕਲ ਹੈਗਾ ਸਕੂਲ ਦੀ ਵੈਨ ਹੈ ਉਹਦਾ ਰੰਗ ਜਿਹੜਾ ਪੀਲਾ ਹੋਣਾ ਚਾਹੀਦਾ। ਅਤੇ ਦੂਸਰੇ ਨੰਬਰ 'ਤੇ ਹੈ ਕਿ ਜਿਹੜਾ ਵਹੀਕਲ ਹੈ ਉਸਦੇ ਅਗਲੇ ਅਤੇ ਪਿਛਲੇ ਪਾਸੇ ਜਿਹੜਾ ਗਲਾਸ ਹੁੰਦਾ, ਸ਼ੀਸ਼ਾ ਹੁੰਦਾ, ਉਹਨਾਂ ਦੋਨਾਂ 'ਤੇ ਲਿਖਿਆ ਹੋਵੇ ਕਿ ਸਕੂਲ ਬੱਸ, ਉਹਨਾਂ 'ਤੇ ਇੱਕ ਸ਼ਬਦ ਹੁੰਦਾ ਸਕੂਲ ਬੱਸ, ਦੋਨੋਂ ਸਾਈਡ ਲਿਖਿਆ ਹੋਣਾ ਜ਼ਰੂਰੀ ਹੈ। ਤੀਸਰਾ ਜਿਹੜਾ ਹੈਗਾ ਬਿੰਦੂ ਕਿ ਹਰ ਇੱਕ ਸਕੂਲ ਵੈਨ ਦੇ ਵਿੱਚ, ਵਹੀਕਲ ਦੇ ਵਿੱਚ ਫਸਟ ਏਡ ਦੀ ਕਿੱਟ ਬਹੁਤ ਜ਼ਰੂਰੀ ਹੈ। ਕਿਸੇ ਵੀ ਟਾਈਮ ਜੇ ਛੋਟੀ ਮੋਟੀ ਸੱਟ ਫੇਟ ਵੱਜਦੀ ਹੈ ਤਾਂ ਉਸਦਾ ਫਸਟ ਏਡ ਤੁਰੰਤ ਉਸ ਬੱਚੇ ਨੂੰ, ਉਸ ਵਿਦਿਆਰਥੀ ਨੂੰ ਦਿੱਤੀ ਜਾ ਸਕੇ, ਫਸਟ ਏਡ ਦੀ ਕਿੱਟ ਬਹੁਤ ਹੀ ਜ਼ਰੂਰੀ ਹੈ। ਚੌਥਾ ਹੈਗਾ ਕਿ ਉਸਦੇ ਵਿੱਚ ਅੱਗ ਬੁਝਾਊ ਯੰਤਰ ਜਿਹੜਾ ਹੋਣਾ ਬਹੁਤ ਹੀ ਅਹਿਮ ਹੈ, ਬਹੁਤ ਹੀ ਜ਼ਰੂਰੀ ਹੈ। ਔਰ ਜਿਹੜਾ ਪਿਛਲਾ ਹਾਦਸਾ ਹੈਗਾ ਉੱਥੇ ਜੇ ਕਿਤੇ ਉਹ ਅੱਗ ਬੁਝਾਊ ਯੰਤਰ ਹੁੰਦਾ ਤਾਂ ਬਹੁਤ ਉਹ ਜਿਹੜੀਆਂ ਕੀਮਤੀ ਜਾਨਾਂ ਉਹ ਬਿਲਕੁਲ ਬਚਦੀਆਂ। ਸੋ ਪੰਜਵਾਂ ਪੁਆਇੰਟ ਹੈਗਾ ਕਿ ਜਿਹੜੀਆਂ ਖਿੜਕੀਆਂ ਹੈ, ਸ਼ੀਸ਼ੇ ਵਾਲੀਆਂ ਜਿਹੜੀਆਂ ਖਿੜਕੀਆਂ, ਉਹਨਾਂ ਨੂੰ ਗ੍ਰਿਲ ਲੱਗੀ ਹੋਣੀ ਚਾਹੀਦੀ ਹੈ। ਅਤੇ ਛੇਵਾਂ ਪੁਆਇੰਟ ਹੈਗਾ ਕਿ ਸੰਬੰਧਿਤ ਸਕੂਲ ਦਾ ਨਾਮ, ਜਿਹੜੇ ਵੀ ਸਕੂਲ ਦਾ ਉਹ ਵਹੀਕਲ ਹੈ ਉਸਦੇ ਉੱਪਰ ਉਹ ਸਕੂਲ ਦਾ ਨਾਮ ਅਤੇ ਇੱਕ ਕੰਟੈਕਟ ਨੰਬਰ, ਇੱਕ ਮੋਬਾਈਲ ਨੰਬਰ, ਕੰਟੈਕਟ ਨੰਬਰ ਉੱਥੇ ਜ਼ਰੂਰ ਹੋਣਾ ਚਾਹੀਦਾ ਹੈ। ਸਕੂਲ ਵੈਨ ਦਾ ਜਿਹੜਾ ਸੱਤਵਾਂ ਪੁਆਇੰਟ ਹੈਗਾ ਕਿ ਜਿਹੜਾ ਡਰਾਈਵਰ ਹੈ ਉਸਦੇ ਕੋਲ ਘੱਟੋ ਘੱਟ 5 ਸਾਲ ਦਾ ਤਜਰਬੇ ਦਾ ਡਰਾਈਵਿੰਗ ਲਾਈਸੈਂਸ ਹੋਣਾ ਚਾਹੀਦਾ ਹੈ ਕਿ ਉਸਨੇ ਘੱਟੋ ਘੱਟ 5 ਸਾਲ ਉਸ ਤਰ੍ਹਾਂ ਦਾ ਵਹੀਕਲ ਡਰਾਈਵ ਕੀਤਾ ਹੋਵੇ। ਅੱਠਵਾਂ ਪੁਆਇੰਟ ਹੈਗਾ ਕਿ ਅਗਰ ਡਰਾਈਵਰ ਟ੍ਰੈਫਿਕ ਰੂਲ ਨੂੰ ਤੋੜਦਾ ਹੈ, ਜੇ ਸਾਲ ਵਿੱਚ 2 ਵਾਰੀ ਉਸਨੇ ਟ੍ਰੈਫਿਕ ਜਿਹੜੇ ਰੂਲਸ ਨੇ ਉਹਨਾਂ ਦੀ ਉਲੰਘਣਾ ਕੀਤੀ ਹੈ ਤਾਂ ਉਸਨੂੰ ਮੈਨੇਜਮੈਂਟ ਵੱਲੋਂ ਡਰਾਈਵਰ ਸਕੂਲ ਦਾ ਕਿਸੇ ਵੀ ਹਾਲਤ 'ਚ ਨਹੀਂ ਲਾਇਆ ਜਾ ਸਕਦਾ। ਪੁਆਇੰਟ ਹੈ ਜੀ 9ਵਾਂ, ਅਤੇ ਡਰਾਈਵਰ ਅਤੇ ਕੰਡਕਟਰ 2 ਜਣੇ ਬਹੁਤ ਜ਼ਰੂਰੀ ਹੁੰਦੇ ਨੇ ਵੈਨ ਦੇ ਵਿੱਚ, ਇੱਕ ਸਹਾਇਕ ਹੁੰਦਾ ਅਤੇ ਇੱਕ ਡਰਾਈਵਰ, ਅਤੇ ਦੋਨਾਂ ਦੀ ਯੂਨੀਫਾਰਮ ਵਰਦੀ ਪਾਈ ਹੋਣੀ ਚਾਹੀਦੀ ਹੈ ਦੋਨਾਂ ਨੇ। ਸਧਾਰਨ ਕੱਪੜਿਆਂ ਦੇ ਵਿੱਚ ਉਹ ਦੋਨੇ ਆਪਣਾ ਕੰਮ ਨਹੀਂ ਕਰ ਸਕਦੇ, ਉਹਨਾਂ ਦੇ ਦੋਨਾਂ ਦੇ ਵਰਦੀ ਪਾਈ ਹੋਣੀ ਬਹੁਤ ਜ਼ਰੂਰੀ ਹੈ। ਅਤੇ 10ਵਾਂ ਪੁਆਇੰਟ ਹੈਗਾ ਜੀ ਕਿ ਜਿਹੜੀ ਸਕੂਲ ਦੀ ਮੈਨੇਜਮੈਂਟ ਹੈ ਉਸ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਜਿਹੜੀ ਕੋਈ ਵੀ ਸਕੂਲ ਬੱਸ ਹੈ ਉਸਦੇ ਵਿੱਚ ਜਿੰਨੀਆਂ ਸੀਟਾਂ ਉਸਦੇ ਉੱਪਰ ਉਸ ਤੋਂ ਵੱਧ ਵਿਦਿਆਰਥੀ ਨਾ ਹੋਣ। ਮੰਨ ਲਓ ਜੇ ਕਿਸੇ ਸਕੂਲ ਬੱਸ ਦੀਆਂ 30 ਸੀਟਾਂ ਨੇ ਤਾਂ 30 ਸੀਟਾਂ ਤੋਂ ਵੱਧ ਵਿਦਿਆਰਥੀ ਉਸਨੂੰ ਉਸ ਵਿੱਚ ਨਹੀਂ ਜਾ ਸਕਦੇ। ਅਗਲਾ ਪੁਆਇੰਟ ਹੈ 11ਵਾਂ ਕਿ ਜਿਹੜੇ ਪਹਿਲਾਂ ਮੈਂ ਦੱਸਿਆ ਸੀ ਪਿਛਲੇ ਪੁਆਇੰਟ ਕਿ ਇੱਕ ਤਾਂ ਫਸਟ ਏਡ ਕਿੱਟ ਅਤੇ ਦੂਸਰਾ ਜਿਹੜਾ ਅੱਗ ਬੁਝਾਊ ਯੰਤਰ ਹੈ ਉਹ ਦੋਨੇ ਮੌਜੂਦ ਹੋਣੇ ਚਾਹੀਦੇ, ਅਤੇ ਜਿਹੜੇ ਡਰਾਈਵਰ ਜਿਹੜਾ ਸਟਾਫ ਹੈ ਉਹਨੂੰ ਇਸ ਦੀ ਪ੍ਰੋਪਰ ਜਾਣਕਾਰੀ, ਪੂਰੀ ਟ੍ਰੇਨਿੰਗ ਦਿੱਤੀ ਹੋਣੀ ਚਾਹੀਦੀ। ਉਹਦਾ ਇੱਕ ਸਰਟੀਫਿਕੇਟ ਹੁੰਦਾ ਆਪਣੇ ਫਸਟ ਏਡ ਵੱਲੋਂ, ਉਸਦਾ ਇੱਕ
ਜਿਹੜਾ ਸਰਟੀਫਿਕੇਟ ਹੁੰਦਾ ਉਹ ਜ਼ਰੂਰ ਰੈੱਡ ਕ੍ਰੋਸ ਵੱਲੋਂ ਹੁੰਦਾ, ਉਹ ਉਹਨਾਂ ਕੋਲ ਹੋਣਾ ਚਾਹੀਦਾ, ਮੌਜੂਦ ਵਹੀਕਲ ਦੇ ਵਿੱਚ ਹੋਣਾ ਚਾਹੀਦਾ। ਅਤੇ 12ਵਾਂ ਪੁਆਇੰਟ ਹੈਗਾ ਕਿ ਹਰ ਇੱਕ ਸਕੂਲ ਦੇ ਬਾਹਰ ਜਿਹੜੀ ਮੈਨੇਜਮੈਂਟ ਹੈ ਉਸਦੇ ਵੱਲੋਂ ਟ੍ਰੈਫਿਕ ਵਾਰਡਨ ਨਿਯੁਕਤ ਹੋਣਾ ਚਾਹੀਦਾ, ਤਾਂ ਕਿ ਜਦੋਂ ਵੈਨਾਂ ਸਕੂਲ ਦੇ ਵਿੱਚ ਐਂਟਰ ਕਰਦੀਆਂ ਅਤੇ ਬਾਹਰ ਆਉਂਦੀਆਂ ਉਦੋਂ ਜਿਹੜਾ ਵਾਰਡਨ ਹੈ ਉਹ ਸੜਕ ਦਾ ਜਿਹੜਾ ਟ੍ਰੈਫਿਕ ਹੁੰਦਾ ਉਹਨੂੰ ਕੰਟਰੋਲ ਕਰੇ। 13ਵਾਂ ਪੁਆਇੰਟ ਹੈਗਾ ਜੀ ਕਿ ਹਰ ਇੱਕ ਜਿਹੜਾ ਬੱਸ ਹੈ ਸਕੂਲ ਵੈਨ ਹੈ ਉਹਦਾ ਜਿਹੜਾ ਡਰਾਈਵਰ ਅਤੇ ਕੰਡਕਟਰ ਹੈ ਉਹਨਾਂ ਕੋਲ ਇੱਕ ਮੈਡੀਕਲ ਸਰਟੀਫਿਕੇਟ ਹੋਣਾ ਚਾਹੀਦਾ, ਜਿਹੜਾ ਕਿ ਸਮੇਂ ਸਮੇਂ 'ਤੇ ਜਿਹੜਾ ਐਕਸਪਾਇਰ ਹੋ ਜਾਂਦਾ ਤਾਂ ਦੁਬਾਰਾ ਬਣਾਉਣਾ ਪੈਂਦਾ, ਉਹ ਦੋਨਾਂ ਦੇ ਮੈਡੀਕਲ ਬਕਾਇਦਾ ਸਮੇਂ ਸਮੇਂ ਟਾਈਮ ਉਹ ਹੋਣਾ ਚਾਹੀਦਾ। ਅਗਲਾ 14ਵਾਂ ਪੁਆਇੰਟ ਹੈਗਾ ਜੀ ਕਿ ਹਰੇਕ ਸਕੂਲ ਵਾਹਨ ਦੇ ਵਿੱਚ ਇੱਕ ਅਟੈਂਡੈਂਟ ਜ਼ਰੂਰ ਹੋਣਾ ਚਾਹੀਦੀ ਹੈ। ਕਈ ਵਾਰੀ ਲੜਕੀਆਂ ਹੁੰਦੀਆਂ ਵਿਦਿਆਰਥਣਾਂ ਤਾਂ ਉੱਥੇ ਇੱਕ ਲੇਡੀਜ਼ ਅਟੈਂਡੈਂਟ ਵੀ ਜ਼ਰੂਰੀ ਹੈ। ਅਤੇ 15ਵਾਂ ਪੁਆਇੰਟ ਹੈਗਾ ਕਿ ਬੱਸ ਵਿੱਚ ਜਿਹੜੇ ਤਾਇਨਾਤ ਹੈਗੇ ਨੇ ਡਰਾਈਵਰ ਅਤੇ ਕੰਡਕਟਰ ਉਹਨਾਂ 'ਤੇ ਕਿਸੇ ਵੀ ਤਰ੍ਹਾਂ ਦੀ ਸੰਗੀਨ ਜ਼ੁਰਮ ਦਾ ਕੋਈ ਪਰਚਾ ਉਹਨਾਂ 'ਤੇ ਕੇਸ ਨਹੀਂ ਹੋਣਾ ਚਾਹੀਦਾ। ਇਹ ਖਾਸ ਖਿਆਲ ਰੱਖਣਾ ਚਾਹੀਦਾ, ਸਕੂਲ ਮੈਨੇਜਮੈਂਟ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਕਿ ਕਿਸੇ ਵੀ ਡਰਾਈਵਰ ਜਾਂ ਕੰਡਕਟਰ ਨੂੰ ਨੌਕਰੀ ਦੇਣ ਤੋਂ ਪਹਿਲਾਂ ਉਸਦਾ ਪਿਛਲਾ ਰਿਕਾਰਡ ਜ਼ਰੂਰ ਚੈੱਕ ਕੀਤਾ ਜਾਵੇ। 16ਵਾਂ ਪੁਆਇੰਟ ਹੈ ਜੀ ਅਗਲਾ ਕਿ ਜਿਹੜਾ ਸਕੂਲ ਹੈ ਜਿੱਥੇ ਬਿਲਡਿੰਗ ਹੈ ਸਕੂਲ ਦੀ ਉਸਦੇ ਆਲੇ ਦੁਆਲੇ ਜਦੋਂ ਸੜਕ ਦੇ ਉੱਪਰ ਖਾਸ ਕਰ ਜਿਹੜੇ ਸਾਈਨ ਬੋਰਡ ਵਗੈਰਾ ਸਕੂਲ ਦੇ ਔਰ ਸਪੀਡ ਲਿਮਿਟ ਦੇ ਸਾਈਨ ਬੋਰਡ ਲੱਗੇ ਹੋਣੇ ਚਾਹੀਦੇ ਨੇ, ਇਹ ਜ਼ਰੂਰੀ ਹੈ। ਸਕੂਲ ਨੂੰ ਚਾਹੀਦਾ ਹੈ ਕਿ ਇਹ ਪ੍ਰਸ਼ਾਸਨ ਨਾਲ ਮਿਲ ਕੇ ਇਹ ਸਾਈਨ ਬੋਰਡ ਵਗੈਰਾ ਉੱਥੇ ਜ਼ਰੂਰ ਲਗਵਾਉਣੇ ਚਾਹੀਦੇ ਹੈ। ਉੱਥੇ ਇੱਕ ਜੈਬਰਾ ਕਰੋਸਿੰਗ ਸੜਕ ਦੇ ਉੱਪਰ ਬਣੀ ਹੋਣੀ ਚਾਹੀਦੀ ਹੈ ਹਰ ਇੱਕ ਸਕੂਲ ਦੇ ਅੱਗੇ, ਇਹ ਵੀ ਜ਼ਰੂਰੀ ਹੈ। ਇਹ ਸਾਰੇ ਜਿਹੜੇ ਮੈਂ ਦੱਸ ਰਿਹਾ ਗਾਈਡਲਾਈਨਸ, ਇਹ ਸਾਰੇ ਮਾਪਿਆਂ ਲਈ ਵੀ ਬਹੁਤ ਜ਼ਰੂਰੀ ਹੈ, ਮਾਪਿਆਂ ਨੂੰ ਖੁਦ ਇਹ ਚੈੱਕ ਕਰਨੇ ਪੈਣਗੇ। ਅਗਲਾ ਪੁਆਇੰਟ ਹੈ 17ਵਾਂ ਪੁਆਇੰਟ ਹੈ ਜਿਹੜਾ ਕਿ ਸਕੂਲ ਦੇ ਆਸ ਪਾਸ ਸੜਕ ਦੇ ਉੱਤੇ ਜਿੱਥੇ ਜ਼ਰੂਰਤ ਹੋਵੇ ਉੱਥੇ ਸਕੂਲ ਦੇ ਖੁੱਲ੍ਹਣ ਦਾ ਅਤੇ ਬੰਦ ਹੋਣ ਦਾ ਸਮਾਂ ਦਰਸਾਉਂਦੇ ਹੋਏ ਬੋਰਡ ਉੱਥੇ ਲੱਗੇ ਜ਼ਰੂਰੀ ਹੋਣੇ ਚਾਹੀਦੇ ਹੈ, ਤਾਂ ਕਿ ਜਿਹੜੇ ਵਹੀਕਲ ਕੋਈ ਆਮ ਟ੍ਰੈਫਿਕ ਜਾਂਦਾ ਉਹਨਾਂ ਨੂੰ ਪਤਾ ਹੋਵੇ ਕਿ ਇਸ ਟਾਈਮ ਇੱਥੇ ਛੁੱਟੀ ਹੋਣ ਵਾਲੀ ਹੈ ਤਾਂ ਸਪੀਡ ਆਪਣੇ ਆਪ ਹੀ ਉਸ ਚੁਕੰਨੇ ਹੋ ਜਾਣ। 18ਵਾਂ ਪੁਆਇੰਟ ਹੈ ਜੀ ਕਿ ਜਿਹੜੇ ਸਕੂਲ ਦੀਆਂ ਬਾਹਰਲੀਆਂ ਸੜਕਾਂ ਨੇ ਉੱਥੇ ਜਿਹੜੇ ਸਾਈਨ ਬੋਰਡ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਉੱਥੇ ਦੱਸਿਆ ਇੱਕ ਤਾਂ ਨੋ ਹੋਰਨ, ਕਿਉਂਕਿ ਉੱਥੇ ਬੱਚੇ ਪੜ੍ਹ ਰਹੇ ਹੁੰਦੇ ਨੇ ਤਾਂ ਉੱਥੇ ਹੋਰਨ ਜਿਹੜਾ ਹੈ ਅਲਾਊਡ ਨਹੀਂ ਹੁੰਦਾ ਬਾਹਰੀ ਟ੍ਰੈਫਿਕ ਲਈ, ਅਤੇ ਉੱਥੇ ਸਪੀਡ ਲਿਮਿਟ ਹੈ ਜਿਹੜੀ 30 ਕਿਲੋਮੀਟਰ ਪਰ ਆਵਰ ਤੋਂ ਵੱਧ ਨਹੀਂ ਹੋ ਸਕਦੀ। ਇਹ ਸਾਰੇ ਜਿਹੜੇ ਉੱਥੇ ਸਾਈਨ ਜ਼ਰੂਰੀ ਨੇ। 19ਵਾਂ ਪੁਆਇੰਟ ਹੈ ਜੀ ਕਿ ਜਿਹੜੀ ਆਪਣੇ ਸਪੀਡ ਲਿਮਿਟ ਵਾਲਾ ਉਹੀ ਮੈਂ ਤੁਹਾਨੂੰ ਦੱਸਿਆ ਸੀਗਾ ਉਹ ਆ ਗਿਆ। ਉਸ ਤੋਂ ਬਾਅਦ ਹੈ 20ਵਾਂ ਪੁਆਇੰਟ ਹੈ ਜੀ ਕਿ ਸਕੂਲ ਦੇ ਦੋਨੋਂ ਸਾਈਡ ਅਗਰ ਸਿੰਗਲ ਸੜਕ ਹੈ ਜਾਂ ਟੂ ਵੇ ਹੈ ਦੋਨੋਂ ਸਾਈਡ ਸਪੀਡ ਬ੍ਰੇਕਰ ਜ਼ਰੂਰੀ ਨੇ, ਤਾਂ ਕਿ ਸਕੂਲ ਜਿਹੜੀ ਵਹੀਕਲ ਹੈ ਜਿਹੜਾ ਬਾਹਰੀ ਟ੍ਰੈਫਿਕ ਹੈ ਉਹਦੀ ਜਿਹੜੀ ਸਪੀਡ ਹੈ ਉਹ ਘੱਟ ਹੋ ਸਕੇ। 21ਵਾਂ ਪੁਆਇੰਟ ਹੈ ਜੀ ਕਿ ਜਿਹੜੀ ਸਕੂਲ ਦੀਆਂ ਬੱਸਾਂ ਨੇ ਉਹਨਾਂ ਲਈ ਨਿਰਧਾਰਿਤ ਪਾਰਕਿੰਗ ਜ਼ਰੂਰ ਹੋਣੀ ਚਾਹੀਦੀ ਹੈ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਸਕੂਲਾਂ ਦੀਆਂ ਬੱਸਾਂ ਜਿਹੜੀਆਂ ਨੇ ਉਹ ਆਮ ਸੜਕਾਂ 'ਤੇ ਹੀ ਪਾਰਕ ਕਰ ਦਿੰਦੇ ਨੇ, ਇਸ ਦੇ ਲਈ ਗਾਈਡਲਾਈਨਸ ਪੂਰੀਆਂ ਸਰਕਾਰ ਦੀਆਂ ਕਿ ਸਕੂਲ ਦੇ ਜਿਹੜੇ ਵਹੀਕਲ ਨੇ ਉਹਨਾਂ ਲਈ ਇੱਕ ਸਪੈਸ਼ਲ ਖਾਸ ਤੌਰ 'ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਹੋਣਾ ਜਾਣਾ ਚਾਹੀਦਾ ਹੈ। ਅਤੇ ਉਸ ਤੋਂ ਅਗਲਾ ਪੁਆਇੰਟ ਹੈ 22ਵਾਂ ਪੁਆਇੰਟ ਹੈ ਜੀ ਕਿ ਜਿੱਥੋਂ ਵੀ ਬੱਚਿਆਂ ਨੂੰ ਸਕੂਲ ਦੇ ਵਿੱਚ ਚੜ੍ਹਾਉਣਾ ਹੈ ਉਹ ਵੀ ਪੁਆਇੰਟ ਨੇ ਜਿਹੜੇ ਉਹ ਇੱਕ ਜਿਹੜੇ ਸਟੇਸ਼ਨ ਨੇ ਉਹ ਨਿਰਧਾਰਿਤ ਕੀਤੇ ਹੋਣੇ ਚਾਹੀਦੇ ਨੇ। ਇਹ ਨਹੀਂ ਹੈ ਕਿ ਤੁਸੀਂ ਸੜਕ ਦੇ ਉੱਪਰ ਹੀ ਵਹੀਕਲ ਨੂੰ ਖੜ੍ਹਾ ਕਰ ਦਿਉ ਅਤੇ ਉੱਥੋਂ ਬੱਚਿਆਂ ਨੂੰ ਚੜ੍ਹਾਉਣਾ ਸ਼ੁਰੂ ਕਰ ਦਿਉ, ਉਸ ਨਾਲ ਵੀ ਹਾਦਸਾ ਵਾਪਰ ਸਕਦਾ ਹੈ। ਉਸ ਦੇ ਲਈ ਇੱਕ ਖਾਸ ਥਾਂ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ। ਉਹ ਮਾਪਿਆਂ ਨੂੰ ਵੀ ਖਿਆਲ ਰੱਖਣਾ ਪਏਗਾ ਕਿ ਉਸ ਵੈਨ ਦੇ ਲਈ ਕੋਈ ਖਾਸ ਜਗ੍ਹਾ ਜਿੱਥੇ ਉਹ ਵੈਨ ਡਰਾਈਵਰ ਨੂੰ ਇਹ ਉਹਦੇ ਨਾਲ ਸਲਾਹ ਮਸ਼ਵਰਾ ਕਰਕੇ ਫਿਕਸ ਕਰ ਸਕਦੇ ਨੇ। 23ਵਾਂ ਪੁਆਇੰਟ ਹੈਗਾ ਜੀ
ਕਿ ਜਿਹੜੇ ਵੈਨ ਦੇ ਸਟਾਫ ਹੈਗਾ, ਡਰਾਈਵਰ, ਕੰਡਕਟਰ, ਅਟੈਂਡੈਂਟ, ਉਹਨਾਂ ਸਾਰਿਆਂ ਨੂੰ ਕੋਈ ਵੀ ਗੰਭੀਰ ਬਿਮਾਰੀ ਤੋਂ, ਜਿਸ ਤਰ੍ਹਾਂ ਕਿ ਕੋਈ ਡਰਾਈਵਰ ਹੈ ਮੰਨ ਲਓ ਅਤੇ ਉਹਨੂੰ ਮਿਰਗੀ ਦਾ ਦੌਰਾ ਪੈਂਦਾ, ਤਾਂ ਉਹ ਬਿਲਕੁਲ ਰਿਸਕੀ ਹੈ ਪੂਰੇ ਦੇ ਪੂਰੇ ਬੱਚਿਆਂ ਲਈ, ਪੂਰੀ ਦੀ ਪੂਰੀ ਬੱਸ ਲਈ। ਇਸ ਲਈ ਇਸ ਤਰ੍ਹਾਂ ਦੀ ਕੋਈ ਵੀ ਗੰਭੀਰ ਬਿਮਾਰੀ ਤੋਂ ਕੋਈ ਡਰਾਈਵਰ ਖਾਸ ਤੌਰ 'ਤੇ ਪੀੜਿਤ ਨਾ ਹੋਵੇ। ਗਾਈਡਲਾਈਨ ਦੇ ਅਨੁਸਾਰ ਤਾਂ ਤਿੰਨੋਂ ਹੀ ਜਿਹੜੇ 3 ਜਾਂ 4 ਜਿੰਨਾ ਵੀ ਸਟਾਫ ਹੈ, ਚਾਹੇ 2 ਹੈ, ਕਿਸੇ ਨੂੰ ਵੀ ਕੋਈ ਗੰਭੀਰ ਬਿਮਾਰੀ ਨਹੀਂ ਹੋਣੀ ਚਾਹੀਦੀ। ਇੱਥੇ ਮੈਂ ਦੁਬਾਰਾ ਦੁਹਰਾਉਣਾ ਚਾਹੁੰਦਾ ਕਿ ਗਾਈਡਲਾਈਨਸ ਨਵੀਆਂ ਨਹੀਂ ਬਣੀਆਂ, ਇਹ ਪਹਿਲਾਂ ਤੋਂ ਮੌਜੂਦ ਨੇ, ਪਰ ਇਹ ਲਾਗੂ ਪ੍ਰਸ਼ਾਸਨ ਨੇ, ਸਰਕਾਰ ਨੇ ਅਤੇ ਮਾਪਿਆਂ ਨੇ ਤਿੰਨਾਂ ਨੂੰ ਮਿਲ ਕੇ ਕਰਨੀਆਂ ਨੇ। ਅਤੇ 24 ਨੰਬਰ ਪੁਆਇੰਟ ਹੈ ਜੀ ਕਿ ਜਿਹੜੇ ਸਕੂਲ ਦੇ ਬੱਸਾਂ ਦੇ ਜਿਹੜੇ ਡਰਾਈਵਰ ਅਤੇ ਕੰਡਕਟਰ ਹੈ, ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਦੇ ਹੋਣ। ਇਹ ਸਕੂਲ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ, ਉਹਨਾਂ ਨੇ ਚੈੱਕ ਕਰਨਾ, ਉਹਨਾਂ ਨੇ ਦੇਖਣਾ ਕਿ ਜਿਹੜੇ ਡਰਾਈਵਰ ਨੇ ਅਤੇ ਕੰਡਕਟਰ ਨੇ ਉਹ ਕਿਸੇ ਵੀ ਤਰ੍ਹਾਂ ਦਾ ਨਸ਼ੇ ਦਾ ਸੇਵਨ ਨਾ ਕਰਦੇ ਹੋਣ। 25ਵਾਂ ਅਤੇ ਆਖਰੀ ਜਿਹੜਾ ਰੂਲ ਹੈਗਾ, 25ਵਾਂ ਪੁਆਇੰਟ ਮੈਂ ਦੱਸ ਰਿਹਾ ਤੁਹਾਨੂੰ। ਇੱਥੇ ਲਿਖਿਆ ਕਿ ਜਿਹੜਾ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਛੁੱਟੀ ਵਾਲੇ ਦਿਨ ਜਿਹੜੀਆਂ ਸਕੂਲ ਦੀਆਂ ਵੈਨਾਂ ਨੇ, ਉਹਨਾਂ ਨੂੰ ਮੈਨੇਜਮੈਂਟ ਵੱਲੋਂ ਆਮ ਆਪਾਂ ਦੇਖਿਆ ਆਪਣੇ ਵੀ ਕਿਤੇ ਰੈਲੀ ਹੈ ਤਾਂ ਰੈਲੀਆਂ ਲਈ ਉਹ ਵੈਨਾਂ ਦੇ ਦਿੰਦੇ ਨੇ ਕਿਰਾਏ 'ਤੇ, ਤਾਂ ਕਿ ਛੁੱਟੀ ਵਾਲੇ ਦਿਨ ਵੀ ਉਹਨਾਂ ਤੋਂ ਲਾਹਾ ਲਿਆ ਜਾ ਸਕੇ। ਇਸ ਤਰ੍ਹਾਂ ਨਹੀਂ ਹੋ ਸਕਦਾ, ਇਹ ਰੈਗੂਲੇਸ਼ਨ ਹੈ, ਰੂਲਸ ਹੈ। ਅਤੇ ਅਸੀਂ ਆਮ ਦੇਖਦੇ ਹਾਂ ਕਿ ਸਾਡੇ ਨਿੱਜੀ ਪ੍ਰੋਗਰਾਮ ਨੇ, ਜਿਸ ਤਰ੍ਹਾਂ ਕਿ ਭੋਗ ਹੈ ਮੰਨ ਲਓ ਪਾਠ ਦਾ ਕਿਸੇ ਦੇ, ਅਤੇ ਭੋਗ 'ਤੇ ਜਾਣਾ ਤਾਂ ਵੀ ਛੁੱਟੀ ਵਾਲੇ ਦਿਨ ਸਕੂਲ ਦੀ ਵੈਨ ਕਰਵਾ ਲੈਂਦੇ ਨੇ ਤਾਂ ਕਿ ਉਹ ਸਸਤੀ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਦਾ ਰੂਲ ਹੈ ਕਿ ਜਿਹੜੀ ਸਕੂਲ ਦੀ ਵੈਨ ਹੈ ਉਸ ਨੂੰ ਕਿਸੇ ਹੋਰ ਪਰਪਜ਼ ਲਈ ਨਹੀਂ ਵਰਤਿਆ ਜਾ ਸਕਦਾ, ਸਿਰਫ ਸਕੂਲ ਦੇ ਸਕੂਲੀ ਬੱਚਿਆਂ ਨੂੰ ਢੋਣ ਵਾਸਤੇ ਨੇ, ਉਹ ਸਕੂਲੀ ਬੱਚਿਆਂ ਨੂੰ ਲਿਜਾਣ ਵਾਸਤੇ ਨੇ, ਹੋਰ ਕਿਸੇ ਵੀ ਪਰਪਜ਼ ਵਾਸਤੇ ਉਹਨਾਂ ਨੂੰ ਨਹੀਂ ਵਰਤਿਆ ਜਾ ਸਕਦਾ, ਉਹਨਾਂ ਦਾ ਚਲਾਨ ਹੋ ਸਕਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਕੂਲ ਮੈਨੇਜਮੈਂਟ ਨੂੰ ਅਤੇ ਬੱਚਿਆਂ ਦੇ ਮਾਪਿਆਂ ਨੂੰ ਖਾਸ ਤੌਰ 'ਤੇ ਇਹ ਜਿਹੜੇ ਪੁਆਇੰਟ ਨੇ ਇਹ ਸਮਝ ਲੈਣੇ ਚਾਹੀਦੇ ਨੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਬਿਲਕੁਲ ਸੁਰੱਖਿਅਤ, ਸੇਫ ਰਹਿ ਕੇ ਆਪਣੀ ਪੜ੍ਹਾਈ ਕਰ ਸਕਣ। ਇਸ ਵੀਡੀਓ ਦੇ ਅਖੀਰ 'ਤੇ ਮੈਂ ਸਾਰੇ ਮਾਪਿਆਂ ਨੂੰ ਇਹ ਅਪੀਲ ਕਰਦਾ ਕਿ ਇਸ ਵੀਡੀਓ ਨੂੰ ਕਿਰਪਾ ਕਰਕੇ ਸਾਰੇ ਸਕੂਲਾਂ ਦੀਆਂ, ਆਪੋ ਆਪਣੇ ਜਿਹੜੇ ਸਕੂਲ ਨੇ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਨੇ ਉਹਨਾਂ ਦੀ ਮੈਨੇਜਮੈਂਟ ਤੱਕ ਜ਼ਰੂਰ ਪਹੁੰਚਦਾ ਕਰੋ, ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਕੇ ਵੀਡੀਓ ਜ਼ਰੂਰ ਉਹਨਾਂ ਤੱਕ ਪਹੁੰਚਾਓ ਤਾਂ ਕਿ ਜਿਹੜੀ ਸਕੂਲ ਦੀ ਮੈਨੇਜਮੈਂਟ ਹੈ ਉਹ ਵੀ ਚੁਕੰਨੀ ਰਹੇ, ਉਹਨਾਂ ਨੂੰ ਵੀ ਪਤਾ ਹੋਵੇ ਕਿ ਜਿਹੜੇ ਮਾਪੇ ਨੇ ਉਹ ਪੂਰੇ ਜਾਗਰੂਕ ਨੇ, ਤਾਂ ਉਹ ਆਪਣੇ ਜਿਹੜੇ ਤੁਹਾਡੇ ਬੱਚਿਆਂ ਦੀ ਜਿਹੜੀ ਸੇਫਟੀ ਹੈ ਉਸ 'ਤੇ ਵੱਧ ਧਿਆਨ ਦੇਣਗੇ। ਸੋ ਕਿਰਪਾ ਕਰਕੇ ਇਹੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸੋ ਬਹੁਤ ਬਹੁਤ ਸ਼ੁਕਰੀਆ ਜੀ।